Dear children, before we go to the video lesson, let's listen this. This will help you to improve listening and reading skills. Friendly fauna, welcome to Australia. You must come and meet our cuddly native animals, timorous and sweet. This vast and wondrous country where creatures rare abound. Oops, did it bite you? That black snake on the ground? I really should have warned you to take care how you tread. For twined around your other foot, I see a copperhead. What pretty colored berries! Ah, nature, great provider. Sorry, my mistake. Do not eat that red-backed spider. Yes, of course you may paddle. You may certainly go in. But I wouldn't get too pally with that sinister black fin. You've changed your mind? Timorous, easily frightened. Wondrous, marvelous. Abound in large numbers. Copperhead, big poisonous snake of coppery pink or reddish brown color. Hello dear students, today we are here to discuss about our poem, Friendly Fauna. This poem is written by Robert Callan. She is born in Australia, New South Wales. She is known as the Australian child writer. In this poem, she is going to describe the beauty of the Australian nature and snakes and black spiders. Australia is known as a kangaroo's land. Second thing, jede utthon de forest ne, Australia has a lots of and big forest. Australia de vich bahut zyada bade jungle ne. Even then dangerous animals jede utthon de jungle ne unna de vich bahut zyada khatarnak jati de janwar paaye jande ne. For example, black spider. ਜਿਹੜੀ ਉੱਥੋਂ ਦੀ ਕਾਲੇ ਪੀਲੇ ਰੰਗ ਦੀ ਮੱਕੜੀ ਹੈ ਨਾ ਉਹ ਬਹੁਤ ਡੇਂਜਰਸ ਹੈ ਵੈਨ ਸ਼ੀ ਵਾਈਟ ਯੂ ਬਰਨਸ ਯੂ ਪਾਸ ਅਵੇ ਯੂ ਡੋਂਟ ਹੈਵ ਈਵਨ ਐਨੀ ਸਿੰਗਲ ਚਾਂਸ ਟੂ ਬ੍ਰੀਥ ਇਨ ਔਰ ਬ੍ਰੀਥ ਆਊਟ ਸੋ ਨਾਓ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਦਾ ਪੋਇਮ ਵੈਲਕਮ ਟੂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਆਉਣ 'ਤੇ ਬਹੁਤ ਜ਼ਿਆਦਾ ਸਵਾਗਤ ਹੈ ਯੂ ਮਸਟ ਕਮ ਐਂਡ ਮੀਟ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਆਉਣਾ ਚਾਹੀਦਾ ਅਤੇ ਇੱਥੋਂ ਦੇ ਜਿਹੜੇ ਕੁਦਰਤੀ ਦਿਲਕਸ਼ ਨਜ਼ਾਰੇ ਆ ਉਹਨਾਂ ਨੂੰ ਮਿਲਣਾ ਚਾਹੀਦਾ ਔਰ ਕਡਲੀ ਨੇਟਿਵ ਐਨੀਮਲਸ ਜਿਹੜੇ ਇੱਥੋਂ ਦੇ ਨੇਟਿਵ ਮੀਨਸ ਹੁੰਦੀ ਆ ਆਪਣੀ ਨੇਟਿਵ ਪਲੇਸ ਜਿੱਥੇ ਸਾਡਾ ਬਰਥ ਹੋਇਆ ਹੁੰਦਾ ਉਸ ਜਗ੍ਹਾ ਨੂੰ ਨੇਟਿਵ ਪਲੇਸ ਕਿਹਾ ਜਾਂਦਾ ਜਿਹੜੇ ਇੱਥੋਂ ਦੇ ਪੈਦਾਇਸ਼ੀ ਜਾਨਵਰ ਨੇ ਟਿਮੋਰਿਸਟ ਐਂਡ ਸਵੀਟ ਉਹ ਬਹੁਤ ਜ਼ਿਆਦਾ ਪਿਆਰੇ ਨੇ ਬਹੁਤ ਜ਼ਿਆਦਾ ਸਵੀਟ ਨੇ This vast and wondrous country, Australia, vast means ਬਹੁਤ ਜ਼ਿਆਦਾ ਵਿਸ਼ਾਲ wondrous means ਚਮਤਕਾਰ ਚਮਤਕਾਰੀ ਆਸਟ੍ਰੇਲੀਆ ਕੀ ਹੈ ਬਹੁਤ ਜ਼ਿਆਦਾ ਵੱਡੀ ਅਤੇ ਇੱਕ ਚਮਤਕਾਰੀ ਕੰਟਰੀ ਹੈ ਵਰ ਕ੍ਰੇਚਰਸ ਰੇਅਰ ਅਬਾਊਂਡ ਜਿਹੜੇ ਇੱਥੋਂ ਦਾ ਕ੍ਰੇਚਰ ਹੈ ਮੀਨਸ ਇੱਥੋਂ ਦੀ ਜਿਹੜੀ ਕੁਦਰਤੀ ਦਿਲਕਸ਼ ਨਜ਼ਾਰੇ ਆ ਉਹ ਇੰਨੇ ਜ਼ਿਆਦਾ ਵਧੀਆ ਅਤੇ ਦਿਲਕਸ਼ ਨੇ ਕਿ ਉਹਨਾਂ ਨੂੰ ਐਕਸਪਲੇਨ ਕਰਨਾ ਹੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਓਪਸ ਡਿਡ ਇਟ ਬਾਈਟ ਯੂ ਓਪਸ ਤੁਹਾਨੂੰ ਉਹਨੇ ਡੰਗ ਤਾਂ ਨਹੀਂ ਮਾਰਿਆ ਦੈਟ ਬਲੈਕ ਸਨੇਕ ਔਨ ਦਾ ਗਰਾਊਂਡ ਜਿਹੜਾ ਕਾਲੇ ਰੰਗ ਦਾ ਸਨੇਕ ਮੀਨਸ ਸੱਪ ਸੀ ਗਰਾਊਂਡ ਦੇ ਉੱਤੇ ਜਿਹੜਾ ਕਾਲੇ ਰੰਗ ਦਾ ਸੱਪ ਸੀ ਗਰਾਊਂਡ ਦੇ ਉੱਤੇ ਕੀ ਉਸਨੇ ਤੁਹਾਨੂੰ ਡੱਸਿਆ ਤਾਂ ਨਹੀਂ ਤੁਹਾਨੂੰ ਡੰਗ ਤਾਂ ਨਹੀਂ ਕੀਤਾ ਆਈ ਰੀਲੀ ਸ਼ੁੱਡ ਹੈਵ ਵਾਰਨਡ ਯੂ ਵਾਰਨਡ ਮੀਨਸ ਵਾਰਨਿੰਗ ਦੇਣਾ ਮੈਨੂੰ ਤੁਹਾਨੂੰ ਇਨਫੋਰਮ ਪਹਿਲੀਆਂ 'ਚ ਹੀ ਕਰ ਦੇਣਾ ਚਾਹੀਦਾ ਸੀ ਕਿ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਤੁਸੀਂ ਉਸ ਤੋਂ ਸੇਫ ਰਹਿਣਾ ਟੂ ਟੇਕ ਕੇਅਰ ਹਾਓ ਯੂ ਟ੍ਰੀਟ ਕਿ ਤੁਸੀਂ ਉਹਨਾਂ ਦੇ ਨਾਲ ਆਪਣੇ ਆਪ ਨੂੰ ਸੇਫ ਰੱਖ ਕੇ ਕਿੱਦਾਂ ਉਹਨਾਂ ਦੇ ਨਾਲ ਡੀਲਿੰਗ ਕਰਨੀ ਹੈ ਫੋਰ ਟਵਿੰਡ ਅਰਾਊਂਡ ਯੂਅਰ ਅਦਰ ਫੁੱਟ ਫੁੱਟ ਮੀਨਸ ਪੈਰ ਜਿਹੜਾ ਤੁਹਾਡਾ ਪਹਿਲਾ ਪੈਰ ਆ ਉਹ ਤੁਹਾਡੇ ਦੂਸਰੇ ਪੈਰ ਦੇ ਪੈਰਲਨ ਹੋਣਾ ਚਾਹੀਦਾ ਤਾਂ ਕਿ ਤੁਸੀਂ ਜਦੋਂ ਵਾਕ ਕਰੋ ਤਾਂ ਤੁਹਾਡੇ ਜਿਹੜੇ ਸਟੈਪਸ ਨੇ ਉਹ ਟੁਗੈਦਰ ਹੋਣ ਅਤੇ ਸੇਫ ਹੋਣ ਆਈ ਸੀ ਏ ਕਾਪਰ ਹੈਡ ਦ ਮੀਨਿੰਗ ਆਫ ਦਾ ਕਾਪਰ ਹੈਡ ਇਜ਼ ਮੋਸਟਲੀ ਲਾਈਕ ਏ ਵੈਰੀ ਡੇਂਜਰਸ ਸਨੇਕ ਵਟ ਪ੍ਰੀਟੀ ਕਲਰਡ ਬੈਰੀਜ ਪ੍ਰੀਟੀ ਮੀਨਸ ਖੂਬਸੂਰਤ ਬੈਰੀਜ ਮੀਨਸ ਬਲੈਕ ਬੈਰੀਜ ਦੇ ਟ੍ਰੀਜ਼ ਜਿਹੜੇ ਆਸਟ੍ਰੇਲੀਆ ਦੇ ਵਿੱਚ ਕਿੰਨੇ ਜ਼ਿਆਦਾ ਖੂਬਸੂਰਤ ਬਲੈਕ ਬੈਰੀਜ ਦੇ ਟ੍ਰੀਜ਼ ਮੈਨੂੰ ਦਿਖਣ ਦੇ ਲਈ ਮਿਲੇ ਆਹ ਨੇਚਰ ਗ੍ਰੇਟ ਪ੍ਰੋਵਾਈਡਰ ਕਿੰਨਾ ਜ਼ਿਆਦਾ ਕੁਦਰਤ ਦਾ ਦਿਲਕਸ਼ ਨਜ਼ਾਰਾ ਸੀ ਸੌਰੀ ਮਾਈ ਮਿਸਟੇਕ ਸੌਰੀ ਮੇਰੀ ਗਲਤੀ ਹੈ ਇਹ ਡੂ ਨਾਟ ਈਟ ਦੈਟ ਰੈੱਡ ਬਲੈਕ ਸਪਾਈਡਰ ਜਿਹੜਾ ਉੱਥੇ ਕਾਲੇ ਰੰਗ ਦਾ ਸਪਾਈਡਰ ਸੀ ਸੱਪ ਸੀ ਕਾਲੇ ਪੀਲੇ ਰੰਗ ਦਾ ਉਸਨੇ ਤੁਹਾਨੂੰ ਕੱਟਿਆ ਤਾਂ ਨਹੀਂ
Yes, of course, you may paddle. ਜੇ ਤੁਸੀਂ ਉਹਨੇ ਤੁਹਾਨੂੰ ਕੱਟਿਆ ਚਾਹੇ ਨਹੀਂ ਕੱਟਿਆ, ਪਰ ਉਸ ਦੇ ਨਾਲ ਦੋਸਤੀ ਕਰਨਾ ਇੰਨਾ ਜ਼ਿਆਦਾ ਆਸਾਨ ਕੰਮ ਨਹੀਂ. ਇਟਸ ਅ ਡੇਂਜਰਸ. ਯੂ ਮੇ ਸਡਨਲੀ ਗੋ ਇਨ. ਜੇ ਤੁਸੀਂ ਪੈਦਲ ਵੀ ਉੱਥੇ ਜਾਣ ਦੀ ਕੋਸ਼ਿਸ਼ ਕਰੋਗੇ ਤੁਰ ਕੇ, ਤਾਂ ਡੈਫੀਨੇਟਲੀ ਤੁਸੀਂ ਪਹੁੰਚ ਜਾਓਗੇ. ਬਟ ਆਈ ਵੁਡਨਟ ਗੈਟ ਟੂ ਪੈਲੀ. ਪਰ ਮੈਂ ਤੁਹਾਨੂੰ ਫਿਰ ਵੀ ਪੈਦਲ ਜਾਣ ਦੀ ਇਜਾਜ਼ਤ ਨਹੀਂ ਦੇਵਾਂਗਾ. ਵਿਦ ਦੈਟ ਸਨਿਚਰ ਬਲੈਕ ਫਿਨ, ਜਿੱਥੇ ਉਹ ਕਾਲੇ ਰੰਗ ਦਾ ਖਤਰਨਾਕ ਸੱਪ ਹੈ, ਖਾਸ ਕਰਕੇ ਉਸ ਜਗ੍ਹਾ 'ਤੇ. ਯੂ ਵਰ ਚੇਂਜ ਯੂਅਰ ਮਾਇੰਡ. ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਿਤੇ ਤੁਸੀਂ ਆਪਣਾ ਮਨ ਤਾਂ ਨਹੀਂ ਬਦਲ ਲਓਗੇ? ਡੀਅਰ ਸਟੂਡੈਂਟ, ਦਿਸ ਪੋਇਮ ਇਜ਼ ਟੂ ਬਿਗਰ, ਸੋ ਵੀ ਕੈਨ ਡਿਵਾਈਡਡ ਦਿਸ ਪੋਇਮ ਟੂ ਟੂ ਪੋਰਸ਼ਨ. ਟੂਡੇ ਆਈ ਕੈਨ ਐਕਸਪਲੇਨ ਦਾ ਵਨ ਪੋਰਸ਼ਨ ਆਫ ਦਾ ਪੋਇਮ. ਦਾ ਨੈਕਸਟ ਪੋਰਸ਼ਨ ਆਫ ਦਾ ਪੋਇਮ ਡੈਫੀਨੇਟਲੀ ਆਈ ਵਿਲ ਪੋਸਟ ਐਜ਼ ਸੂਨ ਐਜ਼ ਪੋਸੀਬਲ. So now I am going to explain the meaning, I am just going to explain the meaning of the difficult word, timorous. Timorous means, let me see here. Meaning is an easily fighter. No sir, in a Punjabi. Timorous, easily friended means darpok. Wondrous means bahut jyada, like a khubsurat and chamatkar, chamatkari jaga ya dilkash nazara. Copperhead, big poison snake on the copper pink or reddish brown color. Abound in a large number, bahut zyada vaddi ginti de vich. Copperhead, big poison snake on the copper pink or reddish brown color. In a previous time I will told you, know that poet is going to give the different meaning of the copperhead. Here I am just going to explain. Poet ne ਕਾਪਰ ਹੈਡ ਦਾ ਮੀਨਿੰਗ ਇੱਕ ਬਹੁਤ ਹੀ ਜ਼ਿਆਦਾ ਵੱਡੇ ਅਤੇ ਖਤਰਨਾਕ ਰੈਡਿਸ਼ ਕਲਰ ਦੇ ਸੱਪ ਬਾਰੇ ਦੱਸਿਆ ਗਿਆ. ਉਹਦੇ ਲਈ ਉਹਨੇ ਇਹ ਵਰਡ ਯੂਜ਼ ਕੀਤਾ ਕਿ ਤੁਹਾਨੂੰ ਆਪਣੇ ਆਪ ਤੋਂ ਉਸ ਚੀਜ਼ ਤੋਂ ਸੇਫ ਰਹਿਣਾ ਚਾਹੀਦਾ. ਹੋਪ ਯੂ ਅੰਡਰਸਟੈਂਡ ਦਾ ਫਸਟ ਪਾਰਟ ਆਫ ਦਾ ਪੋਇਮ, ਐਂਡ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਦਾ ਨੈਕਸਟ ਪਾਰਟ ਆਫ ਦਾ ਪੋਇਮ ਇਨ ਐਜ਼ ਸੂਨ ਐਜ਼ ਪੋਸੀਬਲ. ਥੈਂਕਸ ਐਂਡ ਹੈਵ ਏ ਨਾਈਸ ਡੇ.